ਨਰਾਤਿਆਂ ਦੇ ਦਿਨ ਚੱਲਦੇ ਪਏ ਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਧਾਰਮਿਕ ਸਟੋਰੀਜ਼, ਧਾਰਮਿਕ ਗੱਲਾਂ ਇਹ ਇੰਟਰਨੈੱਟ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਇਸ ਵੇਲੇ ਛਾ ਰਹੀਆਂ ਨੇ। ਇਸੇ ਦੌਰਾਨ ਸਕਰੋਲਿੰਗ ਕਰਦੇ ਕਰਦੇ, ਸੋਸ਼ਲ ਮੀਡੀਆ ਚਲਾਉਂਦੇ ਚਲਾਉਂਦੇ, ਖਬਰਾਂ ਵੈਬਸਾਈਟਾਂ ਪੜ੍ਹਦੇ ਪੜ੍ਹਦੇ ਇੱਕ ਸਟੋਰੀ ਧਿਆਨ ਦੇ ਵਿੱਚ ਆਈ ਅਤੇ ਦਿਲ ਕੀਤਾ ਕਿ ਉਹ ਸਟੋਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਦੁਰਗਿਆਣਾ ਮੰਦਰ ਹੈ, ਤੁਸੀਂ ਸੁਣਿਆ ਹੋਣਾ ਅਤੇ ਹੋ ਸਕਦਾ ਤੁਸੀਂ ਉੱਥੇ ਮੱਥਾ ਵੀ ਟੇਕ ਕੇ ਆਏ ਹੋਵੋਗੇ। ਇਸੇ ਤਰ੍ਹਾਂ ਝਬਾਲ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਘਰ ਹੈਗਾ, ਉੱਥੇ ਵੀ ਤੁਸੀਂ ਗਏ ਹੋਵੋਗੇ, ਉੱਥੇ ਵੀ ਤੁਸੀਂ ਮੱਥਾ ਟੇਕਿਆ ਹੋਣਾ ਅਤੇ ਉਸ ਬਾਰੇ ਵੀ ਤੁਸੀਂ ਜ਼ਰੂਰ ਸੁਣਿਆ ਹੋਣਾ। ਬਾਬਾ ਬੁੱਢਾ ਸਾਹਿਬ ਦੇ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਸੰਤਾਨ ਦੀ ਪ੍ਰਾਪਤੀ ਦੇ ਲਈ ਉੱਥੇ ਲੋਕ ਜਾਂਦੇ ਨੇ, ਸੁੱਖ ਜਦੋਂ ਪੂਰੀ ਹੁੰਦੀ ਹੈ ਉੱਥੇ ਮਿੱਸੀ ਰੋਟੀ ਨਾਲ ਗੰਢੇ 'ਤੇ ਖਾਧੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਦੁਰਗਿਆਣਾ ਮੰਦਰ ਦੇ ਵਿੱਚ ਵੀ ਇੱਕ ਪੈਰਲਲੀ ਇਸੇ ਤਰ੍ਹਾਂ ਦੀ ਰਲਦੀ ਮਿਲਦੀ ਉਹ ਕਹਾਣੀ ਸੁਣਾਉਣ ਜਾ ਰਿਹਾ। ਦੁਰਗਿਆਣਾ ਮੰਦਰ ਦੇ ਵਿੱਚ ਹਨੂੰਮਾਨ ਮੰਦਰ ਹੈ, ਇਹ ਹਨੂੰਮਾਨ ਮੰਦਰ ਰਮਾਇਣ ਵੇਲੇ ਦਾ, ਯਾਨੀ ਕਿ ਇਹ ਆਪਣੇ ਜਿਹੜੇ ਵੇਦ ਨੇ, ਪੁਰਾਣ ਨੇ, ਗ੍ਰੰਥ ਨੇ ਅਤੇ ਉਹਨਾਂ ਦੇ ਵਿੱਚੋਂ ਜਿਹੜੀ ਰਮਾਇਣ ਹੈ ਉਸ ਦੇ ਵਿੱਚ ਇਸ ਮੰਦਰ ਦੇ ਬਾਰੇ ਲਿਖਿਆ ਹੋਇਆ। ਇਹ ਮੰਦਰ ਉਸ ਵੇਲੇ ਦਾ, ਉੱਥੇ ਲਵ ਕੁਸ਼ ਹੋਰਾਂ ਨੇ ਹਨੂੰਮਾਨ ਭਗਵਾਨ ਨੂੰ ਬੰਨਿਆ ਸੀ, ਦਰਖਤ ਦੇ ਨਾਲ ਬੰਨਿਆ ਸੀ, ਅਤੇ ਉਸ ਤੋਂ ਬਾਅਦ ਰਾਮ ਜੀ ਦੀ ਸੈਨਾ ਅਤੇ ਲਵ ਕੁਸ਼ ਦੀ ਸੈਨਾ ਦੇ ਆਪਸ ਦੇ ਵਿੱਚ ਜੰਗ ਹੋਈ ਸੀ। ਯਾਨੀ ਕਿ ਪਹਿਲੀ ਵਾਰ ਜਦੋਂ ਮੁਲਾਕਾਤ ਵੀ ਕਹਿ ਲਈਏ ਰਾਮ ਭਗਵਾਨ ਨੇ ਆਪਣੇ ਬੱਚਿਆਂ ਦੇ ਨਾਲ ਲਵ ਕੁਸ਼ ਦੇ ਨਾਲ ਕੀਤੀ ਸੀ, ਅਤੇ ਉੱਥੋਂ ਖੁਸ਼ ਹੋ ਕੇ ਹਨੂੰਮਾਨ ਜਦੋਂ ਕਿ ਉਹ ਕਾਰਨ ਬਣੇ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਹਨੂੰਮਾਨ ਜੀ ਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਕਿ ਆਉਂਦੇ ਸਮੇਂ ਦੇ ਵਿੱਚ, ਕਲਯੁੱਗ ਦੇ ਵਿੱਚ ਕੋਈ ਵੀ ਜਦੋਂ ਸ਼ਖਸ ਤੁਹਾਡੇ ਕੋਲ ਆਉਂਦਾ ਹੈ, ਇੱਥੇ ਮੰਨਤ ਮੰਗਦਾ ਹੈ ਕਿ ਸੰਤਾਨ ਦੀ ਪ੍ਰਾਪਤੀ ਹੋਵੇ ਤਾਂ ਸੰਤਾਨ ਦੀ ਪ੍ਰਾਪਤੀ ਜ਼ਰੂਰ ਹੋਏਗੀ, ਤਾਂ ਉਹ ਰੀਤ ਉਹ ਰਿਵਾਜ਼ ਗ੍ਰੰਥਾਂ ਦੇ ਮੁਤਾਬਿਕ, ਰਮਾਇਣ ਦੇ ਮੁਤਾਬਿਕ, ਸਨਾਤਨ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਵੀ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਪਏ ਤਾਂ ਉਹ ਇੱਥੇ ਸੰਤਾਨ ਦੀ ਪ੍ਰਾਪਤੀ ਦੇ ਲਈ ਆਉਂਦੇ ਨੇ। ਇਹ ਸਟੋਰੀ ਮੈਂ ਤੁਹਾਨੂੰ ਹੁਣੇ ਕਿਉਂ ਦੱਸ ਰਿਹਾ, ਇਹ ਤੁਹਾਨੂੰ ਮੈਂ ਹੁਣ ਇਸ ਲਈ ਦੱਸ ਰਿਹਾ ਕਿਉਂਕਿ ਉੱਥੇ ਇਸ ਵੇਲੇ ਲੰਗੂਰ ਮੇਲਾ ਚੱਲ ਰਿਹਾ। ਉਹ ਮੇਲਾ ਇਹਨਾਂ ਦਿਨਾਂ 'ਚ ਹੀ ਲੱਗਦਾ, ਨਰਾਤਿਆਂ ਵਾਲੇ ਦਿਨਾਂ 'ਚ ਲੱਗਦਾ, ਪਹਿਲੇ ਨਰਾਤੇ ਤੋਂ ਇਹ ਸ਼ੁਰੂ ਹੋ ਜਾਂਦਾ ਅਤੇ 10 ਦਿਨ ਤੱਕ ਚੱਲਦਾ। ਜਿਹੜੇ ਮਾਪੇ ਸੁੱਖ ਸੁੱਕ ਕੇ ਗਏ ਹੁੰਦੇ ਨੇ, ਜਿਨ੍ਹਾਂ ਦੀ ਸੁਖਣਾ ਪੂਰੀ ਹੁੰਦੀ ਹੈ, ਉਹ ਆਪਣੇ ਨਿਆਣਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਪਹਿਲੇ ਦਿਨ ਤੋਂ ਨੰਗੇ ਪੈਰੀ ਲੰਗੂਰ ਬਣਾ ਕੇ, ਯਾਨੀ ਕਿ ਹਨੂੰਮਾਨ ਜੀ ਦੀ ਵੇਸ਼ਭੂਸ਼ਾ ਦੇ ਕੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਨੰਗੇ ਪੈਰੀ ਉਸ ਮੰਦਰ 'ਤੇ ਲੈ ਕੇ ਆਉਂਦੇ ਨੇ, 10 ਦਿਨ ਤੱਕ ਉੱਥੇ ਸੇਵਾ ਕਰਦੇ ਨੇ, ਨੰਗੇ ਪੈਰੀ ਹੀ ਰੱਖਦੇ ਨੇ ਅਤੇ ਇਹ ਆਪਣੀ ਸੁਖਣਾ ਪੂਰੀ ਕਰਦੇ ਨੇ। ਦੁਰਗਿਆਣਾ ਮੰਦਰ ਦੇ ਵਿੱਚ ਇਹ ਲੰਗੂਰ ਮੇਲਾ ਚੱਲ ਰਿਹਾ। ਕੀ ਤੁਸੀਂ ਇਸ ਲੰਗੂਰ ਮੇਲੇ ਦੇ ਬਾਰੇ ਪਹਿਲਾਂ ਸੁਣਿਆ ਸੀ? ਨਹੀਂ ਸੁਣਿਆ ਸੀ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ। ਤੁਸੀਂ ਆਪਣੇ ਪਰਿਵਾਰ ਦੇ ਨਾਲ ਇਸ, ਕਹਿ ਲਈਏ ਕਿ ਇਤਿਹਾਸ ਦੀ ਜਿਹੜੀ ਪ੍ਰੀਤ ਜੁੜੀ ਹੋਈ ਹੈ, ਜੋ ਅੱਜ ਤੱਕ ਪੂਰੀ ਕੀਤੀ ਜਾ ਰਹੀ ਹੈ, ਲੋਕਾਂ ਦੇ ਵੱਲੋਂ ਇੱਕ ਵਿਸ਼ਵਾਸ ਹੈ, ਉੱਥੇ ਜਾਂਦੇ ਨੇ, ਸੁੱਖਣਾ ਸੁੱਕਦੇ ਨੇ ਅਤੇ ਜਦੋਂ ਸੁੱਖਣਾ ਪੂਰੀ ਹੁੰਦੀ ਹੈ ਲੰਗੂਰ ਦੇ ਰੂਪ ਦੇ ਵਿੱਚ ਆਪਣੇ ਨਿਆਣਿਆਂ ਨੂੰ ਲੈ ਕੇ ਆਉਂਦੇ ਨੇ ਅਤੇ ਉੱਥੇ ਸੁੱਖਣਾ ਪੂਰੀ ਕਰਦੇ ਨੇ। ਕੀ ਤੁਸੀਂ ਗਏ ਹੋਏ ਹੋ? ਸਾਨੂੰ ਕਮੈਂਟਾਂ ਦੇ ਵਿੱਚ ਵੀ ਜ਼ਰੂਰ ਦੱਸਿਓ। ਇਹ ਆਪਣੇ ਆਪ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਜਿੱਥੇ ਭੱਜ ਦੌੜ ਦਾ ਸਮਾਂ ਹੈਗਾ, ਲੋਕਾਂ ਦੇ ਕੋਲ ਟੈਨਸ਼ਨਾਂ ਹੀ ਇੰਨੀਆਂ ਨੇ ਕਿ ਆਪਣੇ ਪਰਿਵਾਰ ਦੇ ਵੱਲ ਧਿਆਨ ਨਹੀਂ ਵੀ ਦੇ ਪਾਉਂਦੇ ਗੇ, ਉਸੇ ਚੱਕਰ ਦੇ ਵਿੱਚ ਜਿਹੜੇ ਮਿਡਲ ਕਲਾਸ ਫੈਮਿਲੀਜ਼ ਹੁੰਦੀਆਂ ਨੇ, ਮੱਧ ਵਰਗੀ ਪਰਿਵਾਰ ਹੁੰਦੇ ਨੇ, ਉਹਨਾਂ ਦਾ ਇੱਕ ਦਬਾਅ ਹੁੰਦਾ ਹੈ ਕਿ ਆਪਣਾ ਪਰਿਵਾਰ ਵੀ ਅੱਗੇ ਵਧਾਓ। ਕਈ ਵਾਰ ਸਮਾਂ ਲੰਘਦਾ ਹੈ, ਪਰਿਵਾਰ ਪੂਰਾ ਹੋਣ ਦੀ ਜਿਹੜੀ ਇੱਕ ਰੀਤ ਹੈਗੀ ਆ ਉਹ ਪੂਰੀ ਨਹੀਂ ਹੋ ਪਾਉਂਦੀ, ਸਮਾਂ ਲਟਕਦਾ ਰਹਿੰਦਾ। ਕਹਿ ਲਈਏ ਕਿ ਰੱਬ ਦਾਤ ਨਹੀਂ ਬਖਸ਼ਦਾ ਉਦੋਂ ਤੱਕ, ਤਾਂ ਇਹ ਭਰੋਸਾ ਉਹਨਾਂ ਲੋਕਾਂ ਦੇ ਵਿੱਚ ਵੀ ਜ਼ਰੂਰ ਜਾਂਦਾ ਕਿ ਉੱਥੇ ਪਹੁੰਚਦੇ ਨੇ, ਮੱਥਾ ਟੇਕਦੇ ਨੇ ਅਤੇ ਮੁਰਾਦ ਪੂਰੀ ਹੋਣ ਤੋਂ ਬਾਅਦ ਉਹ ਮੁਰਾਦ ਪੂਰੀ ਕਰਨ ਜਾਂਦੇ ਨੇ, ਸੁਖਣਾ ਪੂਰੀ ਕਰਨ ਜਾਂਦੇ ਨੇ। ਇਹ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ? ਸਾਨੂੰ ਕਮੈਂਟਾਂ ਬੋਕਸ 'ਚ ਤੁਹਾਡਾ ਇੰਤਜ਼ਾਰ ਰਹੇਗਾ।